ਉੱਧਰ ਉੱਤਰ ਪੂਰਬੀ ਚੀਨ ਦੇ ਹਾਈ ਸਕੂਲ ਵਿੱਚ ਇੱਕ ਟੀਚਰ ਨੇ ਲੜਕੇ ਦੇ ਇੰਨੇ ਥੱਪੜ ਮਾਰੇ ਕਿ ਉਸ ਦੀਆਂ ਅੱਖਾਂ ਦੇ ਨਾਲ ਨਾਲ ਨਿਸ਼ਾਨ ਪੈ ਗਏ ਅਤੇ ਸੁਣਨ ਦੀ ਸ਼ਕਤੀ ਘੱਟ ਗਈ। ਦਰਅਸਲ ਸਥਾਨਕ ਮੀਡੀਆ ਮੁਤਾਬਕ ਪੀੜਿਤ ਲੜਕਾ ਕਲਾਸ ਵਿੱਚ ਇੱਕ ਲੜਕੀ ਨਾਲ ਕੰਮ ਕਰ ਰਿਹਾ ਸੀ, ਪਰ ਜ਼ੋਰ ਜ਼ੋਰ ਨਾਲ ਗੱਲ ਕਰਨ ਕਾਰਨ ਕਾਫੀ ਸ਼ੋਰ ਹੋ ਰਿਹਾ ਸੀ। ਉਦੋਂ ਹੀ ਕੋਲੇ ਰੰਗ ਦੇ ਟੀਚਰ ਜਿਨ੍ਹਾਂ ਦਾ ਨਾਂ ਯਿੰਗੂਚਨ ਹੈ, ਕਲਾਸ ਵਿੱਚ ਆਏ ਅਤੇ ਲੜਕੇ ਨੂੰ ਜ਼ੋਰ ਦੀ ਥੱਪੜ ਮਾਰਿਆ। ਸਥਾਨਕ ਮੀਡੀਆ ਨੇ ਲੜਕੇ ਦਾ ਨਾਂ ਸ਼ਿਓਚੇਨ ਦੱਸਿਆ। ਦੋਸ਼ ਹੈ ਕਿ ਟੀਚਰ ਨੇ ਪਹਿਲਾਂ ਲੜਕੇ ਨੂੰ ਸੀਟ ਤੋਂ ਘੜੀਸ ਕੇ ਬਾਹਰ ਕੱਢਿਆ ਅਤੇ ਫਿਰ ਕਰੀਬ 12 ਥੱਪੜ ਮਾਰੇ, ਜਿਸ ਨਾਲ ਉਸਦੇ ਮੂੰਹ 'ਤੇ ਲਾਲ ਨਿਸ਼ਾਨ ਪੈ ਗਏ। ਘਟਨਾ ਤੋਂ ਬਾਅਦ ਪੀੜਿਤ ਲੜਕੇ ਨੂੰ ਨੇੜਲੇ ਹੋਸਪਿਟਲ ਵਿੱਚ ਦਾਖਲ ਕਰਵਾਇਆ ਗਿਆ। ਸਕੂਲ ਪ੍ਰਸ਼ਾਸਨ ਨੇ ਲੜਕੇ ਦੇ ਇਲਾਜ ਦਾ ਪੂਰਾ ਖਰਚ ਦੂਜੇ ਸਕੂਲ ਵਿੱਚ ਟ੍ਰਾਂਸਫਰ ਕਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਸਥਾਨਕ ਮੀਡੀਆ ਮੁਤਾਬਕ ਸਕੂਲ ਦੇ ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ।